और ला ट्रैक्टर भी उठना शुरू हो गया जी। रहमान रहीम, अस्सलाम वालेकुम दोस्तों। मित्रों आज तुहानू आ बच्चे की ड्राइविंग दिखाने जी। गाजी ट्रैक्टर है, 65 हॉर्स पावर डिस्क ब्रेक वाला, तो अपना पलंजरी पंप जिन्हों कहें जी। यह है जी तकरीबन 11 साल का बच्चा वा। फिलहाल तारा शारा टाइट कर रहे जी। गन्ना देख लो, गन्ना भी कोई तकरीबन 550-550 मन हैगा। तो इतों वड भी इदा ही है जी। ए बगी जगह चो लैके जाना जी, और जिते मोटरसाइकिल खड़ा उतो तकरीबन कोई एकड़ अगे जाके फिर इधर पट्टे उत्ते हो जाना। असी तारा कस रहे जी, देख लो। ਤਾਂ ਤੁਸੀਂ ਦੇਖਿਆ ਕਿ ਗੱਡੀ ਸਿੱਧੀ ਕਰਕੇ ਜਵਾਨ ਨੂੰ ਦੇਣੀ ਸੀਗੀ, ਲੇਕਿਨ ਸਿੱਧੀ ਕਰਨ ਤੋਂ ਪਹਿਲਾਂ ਹੀ ਬਹਿ ਗਈ ਹੈ ਇੱਥੇ। ਅਤੇ ਹੁਣ ਖਿੱਚੇਗਾ ਇਹ ਹੀ ਜਾਮ ਕਾਸ਼ਫ, ਅੱਗੋਂ 75 ਆ ਗਿਆ ਜੀ ਹੇਅਰ, ਇਹਨੂੰ ਪਾਉਂਦੇ ਹਾਂ ਬਈ। ਇਹ ਦੇਖ ਲਓ ਜਵਾਨ ਬੈਠ ਗਿਆ ਉੱਤੇ, ਤਾਂ ਹੁਣ ਪਾਉਂਦੇ ਹਾਂ ਟੋਚਨੇ ਦਾ। ਲਓ ਜੀ ਟੋਚਨ ਪੈ ਗਿਆ। ਲਓ ਜੀ ਮਾਸ਼ਾਅੱਲਾ ਖਿੱਚ ਹੀ ਲਿਆ ਰਿਹਾ ਜੀ। ਜ਼ਿੰਦਾਬਾਦ ਸ਼ਹਿਜ਼ਾਦਾ ਜੀ, ਮਾਸ਼ਾਅੱਲਾ। ਲਓ ਜੀ ਇੱਕ ਹੋਰ ਪੁਲੀ ਆ ਗਈ ਆ ਅੱਗੇ, ਦੇਖੀਏ। ਲਓ ਜੀ ਨਹਿਰ ਵਾਲਾ ਆਖਰੀ ਮੋੜ ਆ, ਮੋੜ ਮੋੜ ਕੇ ਤਾਂ ਸਮਝੋ ਇਹ ਪੱਕੀ ਦੇ ਉੱਤੇ ਆ ਜਾਣੀ ਆ, ਕੱਚੀ ਸੜਕ 'ਤੇ। ਜਵਾਨ ਪਹੁੰਚ ਗਿਆ ਜੀ, ਇੱਕ ਸਾਈਡ 'ਤੇ ਡਿਲੀਵਰੀ ਵੀ ਆ ਪੈਪ ਲੱਗਾ ਹੋਇਆ ਬੋਰ ਦਾ। ਲਓ ਜੀ ਮਾਸ਼ਾਅੱਲਾ ਜ਼ਬਰਦਸਤ ਹੋ ਗਿਆ ਜੀ, ਸ਼ਹਿਜ਼ਾਦਾ ਖਿੱਚ ਲਿਆ ਜੀ ਮਾਸ਼ਾਅੱਲਾ। ਅਤੇ ਇਹ ਆ ਜੀ ਉਹ ਪੁਲੀ, ਨਹਿਰ ਦੇ ਨਾਲ ਹੀ ਆ, ਬਿਲਕੁਲ ਉੱਚੀ ਜਗ੍ਹਾ ਵਾ। ਇੱਥੋਂ ਦੇਖੀਏ ਜੀ ਕਿੱਦਾਂ ਲੰਘਾਉਂਦਾ ਇਹ ਟਰੈਕਟਰ, ਅਤੇ ਵੀਡੀਓ ਨੂੰ ਲਾਜ਼ਮੀ ਪੂਰੀ ਦੇਖਿਓ ਜੀ। ਇਹ ਅੱਗੋਂ ਚੜ੍ਹਾਈ ਵੀ ਆ ਰਹੀ ਆ ਇੱਕ, ਇੱਥੋਂ ਵੀ ਇਹ ਲੰਘਾਏਗਾ ਇਹ। ਲਓ ਜੀ ਪੁਲੀ 'ਤੇ ਆ ਚੁੱਕਿਆ। ਲਓ ਜੀ ਸਕੂਨ ਨਾਲ ਹੀ ਲੰਘਿਆ ਹੀ ਆ ਫਿਲਹਾਲ।
लो जी चढ़ाई आ गई है और ट्रैक्टर भी उठना शुरू हो गया जी।